ਮੁਸਲਮਾਨਾਂ ਦੇ ਘਰ ਵੀ ਹੈ ਹਨ। ਹਾਂ, ਮਲਵਾਣੇ ਸਾਡੇ ਸਾਹਮਣੇ ਸਨ। ਤੇ ਤੁਹਾਡੇ ਪਿਓ ਦਾ ਕੀ ਨਾਂ ਸੀ? ਪਿਓ ਦਾ ਤੇ ਮਾਂ ਦਾ? ਬੰਤਾ ਸਿੰਘ। ਤੇ ਮਾਂ? ਮੈਂ ਅਸ਼ਰਫ ਖੋਜੇ ਨੂੰ ਜਾਣਦਾ। ਠੀਕ। ਮੈਂ ਖਾਉਂਦੇ ਤਾਂ ਨਾਂ ਕੀ, ਉਹਨਾਂ ਦੇ ਨਾਂ ਕੀ? ਅਸੀਂ ਚੀਮੇ ਅਤੇ ਉਹ ਮੁਸਲਮਾਨ ਚੀਮੇ ਨੇ। ਆਂਦਾ ਉਹ ਜੱਟ ਨੇ। ਤੇ ਉੱਥੇ ਤੁਹਾਡੀ ਜ਼ਮੀਨ ਹੈਗੀ ਸੀ? ਜ਼ਮੀਨ ਅਸੀਂ। ਤੇ ਤੇਰੀ ਉੱਥੇ ਦਾਦੀ ਕੋਈ ਸਹੇਲੀ ਹੈਗੀ ਸੀ? ਹਾਂ, ਸਹੇਲੀਆਂ ਤੇਰੀਆਂ ਬੜੀਆਂ ਸਾਰੀ। ਹਾਂ। ਤੇ ਨਾਂ ਕੀ ਕੀ ਉਹਨਾਂ ਦਾ ਯਾਦ ਨੇ? ਹਾਂ, ਕਮਲਾ। ਅੱਛਾ। ਤੇ ਤੁਹਾਡੇ ਪਿੰਡ ਦਾ ਕੋਈ ਲੰਬੜਦਾਰ ਵੀ ਹੈਗਾ ਸੀ? ਹਾਂ, ਜਾਗਰ ਸਿੰਘ। ਜਾਗਰ ਸਿੰਘ, ਠੀਕ। ਜੀ ਦਾਦੀ, ਆਪਣਾ ਨਾਂ ਦੱਸੋ ਪਹਿਲਾਂ। ਕਰਤਾਰ ਕੌਰ। ਕਰਤਾਰ ਕੌਰ। ਤੇ ਤੁਹਾਡਾ ਪਿੰਡ ਕਿਹੜਾ ਸੀ ਪਿੱਛੋਂ ਪਾਕਿਸਤਾਨ ਚੋਂ? ਮਿੱਤਰਾਂ ਵਾਲੀ। ਠੀਕ ਹੈ। ਤੇ ਤੁਹਾਡੇ ਲਾਗੇ ਕੌਣ ਕੌਣ ਰਹਿੰਦਾ ਹੁੰਦਾ ਸੀ? ਕਿੰਨਾ ਦੇ ਘਰ ਸੀ ਉੱਥੇ ਆਂਢ ਗੁਆਂਢ? ਘਰ ਤੇ ਬਾਹਮਣਾਂ ਦੇ ਵੀ ਸਨ। ਅੱਛਾ। ਜੱਟਾਂ ਦੇ 4 ਘਰ ਸਨ। ਅੱਛਾ। ਲੋਹਾਰ ਤਰਖਾਣਾ ਤੇ ਘਰ ਸਨ 4। ਅੱਛਾ। ਗਲੀ ਚ ਇਸ ਪਾਸੇ ਲੋਹਾਰ, ਠੀਕ ਹੈ। ਇੱਧਰ ਜੱਟਾਂ, ਠੀਕ ਹੈ। ਤੇ ਮੁਸਲਮਾਨਾਂ ਦੇ ਘਰ ਵੀ ਹੈ? ਹਾਂ, ਮਲਵਾਣੇ ਸਾਡੇ ਸਾਹਮਣੇ ਸਨ। ਅੱਛਾ। ਉਹਨਾਂ ਦੇ ਨਾਂ ਵੀ ਦੱਸੋ। ਨਾਂ ਕੀ, ਉਹਨਾਂ ਦੇ ਨਾਂ ਕੀ? ਅਕਰਮ। ਅੱਛਾ। ਵੱਡੇ ਨਾਂ, 5 ਭਰਾ ਸਨ। ਅੱਛਾ। ਤੇ ਨਿੱਕੇ ਨਾਂ ਅਸਲਮ। ਅੱਛਾ। ਤੀਸਰੇ ਦਾ ਜਿਹੜਾ ਸੀ ਮਹਿਮੂਦ। ਠੀਕ ਹੈ। ਚੌਥੇ ਨਾਂ ਮਸੂਦ। ਅੱਛਾ। ਪੰਜਵੇਂ ਨਾਂ ਸਈਦ। ਠੀਕ ਹੈ। ਤੇ ਹੋਰ ਕੋਈ ਮਸ਼ਹੂਰ ਉੱਥੇ ਬੰਦੇ ਵੀ ਆਏ ਹਨ ਤੁਹਾਡੇ ਲਾਗੇ ਚਾਗੇ, ਜਿਨ੍ਹਾਂ ਦੇ ਚੰਗਾ ਨਾਂ ਨੂੰ ਹੋਣ? ਸਾਡੇ ਮਗਰ ਸਿੰਘ ਲੱਥਿਆ, ਅਸ਼ਰਮ ਖੋਜਾ। ਅੱਛਾ। ਕੋਠੇ ਤੇ ਚੜ੍ਹਨਾ, ਬਿਲਕੁਲ ਸਾਹਮਣਾ ਹੀ ਚਵਾਰਾ। ਅੱਛਾ। ਉਹ ਚੰਗੇ ਮਸ਼ਹੂਰ ਬੰਦੇ ਸੀ? ਮਸ਼ਹੂਰ। ਅੱਛਾ। ਸਾਰੇ ਇੱਥੇ ਕੋਈ ਹੋਣ ਦੱਸੇ ਪਿਆ ਤੇ ਆਉਂਦਾ ਮੈਂ ਅਸ਼ਰਮ ਖੋਜੇ ਨੂੰ ਜਾਣਦਾ। ਮੈਂ ਖਾਉਂਦੇ ਸਾਡੇ ਪਿੰਡ ਸੀ। ਅੱਛਾ। ਤੇ ਉਹ ਬੁਝਾ ਦੱਸੇ ਲਾਗੇ ਕੌਣ ਕੌਣ ਹੁੰਦੇ ਸੀ ਹੋਰ, ਮਤਲਬ ਕੋਈ ਲਾਗੇ ਤੁਹਾਡੇ ਆਂਢ ਗੁਆਂਢ ਜਿਨ੍ਹਾਂ ਦੇ ਘਰ ਹਨ? ਘਰ ਕੇਸਰਾ ਦੇ ਸੁਨਿਆਰੀ ਸੀ। ਅੱਛਾ। ਉਹਦੇ ਮੁੰਡੇ ਸਨ। ਅੱਛਾ। ਉਹ ਬਾਹਰ ਸਨ ਕਿਤੇ ਨੌਕਰੀ ਕਰਦੇ। ਠੀਕ ਹੈ। ਘਰ ਮਾਂ ਸੀ, ਭੈਣ ਸੀ। ਅੱਛਾ। ਮੌਕੀ ਵੀ ਸੀ। ਠੀਕ ਹੈ। ਤੇ ਇੱਕ ਸਰਦਾਰੀ ਲਾਲ ਸੀ, ਇੱਕ ਨੰਦ ਲਾਲ ਸੀ, ਬਿਹਾਰੀ ਲਾਲ ਸੀ। ਉਹਨਾਂ ਦੀਆਂ ਮੁਹੱਲੇ ਦਾ ਨਾਂ ਕੀ? ਤੋੜ ਪੁੱਛ ਲੈ ਜਿੰਨੇ ਬਾਜ਼ਾਰ ਤੀਕਰ ਘਰ ਸਨ, ਆ ਬਾਜ਼ਾਰੋਂ ਨਿਕਲ ਕੇ ਮਨੋਹਰ ਦਾਸ ਪੰਡਿਤ ਦਾ ਘਰ ਸੀ, ਆ ਬਾਜ਼ਾਰ ਸੀ, ਆ ਨਾਲ ਉਹਨਾਂ ਦਾ ਘਰ ਸੀ। ਠੀਕ। ਇਸ ਪਾਸੇ ਮਾਈ ਲਕਸ਼ਮੀ ਸੀ, ਉਹ ਬਾਹਮਣੀ ਸੀ, ਉਹਦਾ ਵੀ ਕੋਈ ਪੁੱਤਰ ਸੀ, ਉਹ ਬਾਹਰ ਸੀ, ਬਹੁਤੀ ਵੀ ਸੀ ਤੇ ਮਾਈ ਇੱਥੇ ਹੁੰਦੀ ਸੀ। ਠੀਕ। ਧੀ ਕੋਲ ਸੀ ਕ੍ਰਿਸ਼ਨਾ। ਠੀਕ। ਇਹ ਉਹ ਵਿਆਹਣ ਵਾਲੀ ਸੀ। ਠੀਕ। ਉਹ ਰਹਿੰਦੇ ਸਨ। ਠੀਕ। ਫਿਰ ਉਦੋਂ ਤਾਂ ਉਹਨਾਂ ਇੱਕ ਧਨ ਨਹੀਂ ਸੀ, ਉਹ ਬਾਹਮਣੀ ਸੀ, ਇੱਕ ਧਨ ਨਹੀਂ ਸੁਨਿਆਰੀ ਸੀ। ਠੀਕ। ਤੇ ਜਿਹੜੀ ਬਾਹਮਣੀ ਸੀ ਉਹਦਾ ਪੁੱਤਰ ਸਰਦਾਰੀ ਲਾ ਬਾਹਰ ਨੌਕਰ ਸੀ, ਕਦੀ ਕਦੀ ਆਉਂਦਾ ਸੀ ਉਹ ਲੈ ਕੇ। ਤੇ
ਉਦੋਂ ਘਰ ਸੀ ਮੁਸਲਮਾਨਾਂ ਦਾ। ਅੱਛਾ। ਉਹ ਸਰਦਾਰੀ ਦੇ ਘਰ ਸਾਹਮਣੇ। ਉਹਨਾਂ ਦਾ ਕੀ ਨਾਂ ਸੀ? ਉਹਦਾ ਨਾਂ ਸੀ ਰਹਿਮਤ। ਰਹਿਮਤ। ਹਾਂ। ਅਤੇ ਵਿਆਹਿਆ ਸੀ। ਠੀਕ। ਬਹੁਤੀ ਉਹਦੀ ਏਮ ਨਾ। ਠੀਕ ਹੈ। ਉਹ ਕੋਈ ਕਿਹੜੇ ਪਿੰਡ ਵੀ ਸੀ। ਇੱਕ ਮੁੰਡਾ ਪਲੇਠੀ ਦਾ ਉਹਦੇ ਘਰ ਹੋਇਆ ਸੀ। ਉਹਦਾ ਨਾਂ ਸੀ ਅਬਦਲਮਾਨ। ਠੀਕ। ਅਤੇ ਉਹ ਚਾਚੀ ਏਮ ਨਾਲ ਅਤੇ ਮੇਰਾ ਬੜਾ ਹੀ ਭਾਈਚਾਰਾ। ਇਸ ਤਰ੍ਹਾਂ ਦਾ ਪੂਜਾ ਹੈਗਾ ਔਲੀ ਸਾਹਿਬ ਦੇ ਥੋੜ੍ਹੀ ਨਹੀਂ ਕਰਤਾ ਰਹੋ। ਮੈਂ ਅਤੇ ਉਹ ਮੁੰਡਾ ਵੇਖਿਆ ਮਰ ਜਾਓ ਡੁੱਬ ਕੇ, ਮਰ ਜਾਓ ਡੁੱਬ ਕੇ। ਚਲੋ ਹੁਣ ਹੁਣ ਦੱਸੋ। ਉਹਦੀ ਮਾਂ ਸੀ ਰਾਜਨ। ਕਿਹਦੀ? ਰਹਿਮਤ। ਰਹਿਮਤ ਦੇਸ਼ਾ। ਬਹੁਤੀ ਦਾ ਨਾਂ ਏਮਨਾ ਸੀ। ਠੀਕ ਹੈ। ਭੈਣ ਵਿਆਹੀ ਸੀ ਹੋਰੀ ਪਿੰਡ ਸੀ। ਅੱਛਾ। ਅਤੇ ਉਹ ਸਨ ਇਸ ਪਾਸੇ ਸੀ ਨੰਦ ਸੁਨਿਆਰਾ। ਠੀਕ। ਉਹਦੀਆਂ ਸੱਤ ਧੀਆਂ ਸਨ। ਅੱਛਾ। ਉਹਨਾਂ ਦੇ ਵੀ ਨਾਮ ਹੀ ਹੁੰਦੇ। ਚਲ ਕੋਈ ਨੀ, ਉਹਨਾਂ ਦੇ ਰਹਿਣ ਦੋ। ਹੋਰ ਹੋਰ ਕੌਣ ਸੀ ਲੱਗ ਚੱਕੇ? ਹੋਰ ਪਰਾਂ ਮੁਸਲਮਾਨ ਸਨ, ਨੰਦ ਸੁਨਿਆਰੇ ਦੇ ਘਰ ਤੋਂ ਪਰਾਂ। ਅੱਛਾ। ਉਹਨਾਂ ਦਾ ਕੀ ਨਾਂ ਸੀ? ਉਹ ਰਹਿਮਤ ਸੀ। ਉਹ ਚੀਮੇ ਸਨ। ਅੱਛਾ ਅੱਛਾ। ਅਸੀਂ ਉਹ ਜੱਟ ਨੇ, ਚੀਮੇ ਨੇ, ਰਹਿਮਤ ਸੀ। ਅਤੇ ਪਿਓ ਦਾ ਮਰ ਗਿਆ ਸੀ, ਮਾਂ ਸੀ ਜੈਨਾ। ਠੀਕ। ਉਹ ਜਵਾਨ ਬੜੀ ਸੀ। ਠੀਕ। ਉਹ ਵੀ ਸਾਹਮਣੇ ਸੀ, ਉਹਨੂੰ ਅਸੀਂ ਚਾਚੀ ਆ ਤਾਈ ਆਉਂਦੇ ਹੁੰਦੇ। ਠੀਕ। ਅਤੇ ਇੱਕ ਪੂਰਾ ਨਿਕਲਦਿਆ ਮਾਂ ਪੁੱਤਰ ਸਨ ਦੋਵੇਂ ਹੀ। ਅਤੇ ਤੁਹਾਡੇ ਪਿਓ ਦਾ ਕੀ ਨਾਂ ਸੀ? ਪਿਓ ਦਾ ਅਤੇ ਮਾਂ ਦਾ? ਬੰਤਾ ਸਿੰਘ। ਬੰਤਾ ਸਿੰਘ। ਅਤੇ ਮਾਂ? ਭਾਬੀ ਦਾ ਨਾਂ ਸੀ ਕੇਸਰ ਕੌਰ। ਕੇਸਰ ਕੌਰ। ਠੀਕ। ਅਤੇ ਹੋਰ ਤੁਸੀਂ ਤੁਸੀਂ ਉੱਥੇ ਕਿੰਨੇ ਭੈਣ ਭਰਾ ਸੀ? ਅਸੀਂ ਭੈਣਾਂ ਚਾਰ ਸਾਂ। ਅੱਛਾ। ਵੱਡੀ ਸਵਰਨੋ, ਉਦੋਂ ਛੋਟੀ ਮੈਂ, ਉਦੋਂ ਛੋਟੀ ਬੰਸੋ। ਅੱਛਾ। ਚਾਰ ਭੈਣਾਂ ਸਨ ਆ ਗੁੱਡੀ। ਠੀਕ ਹੈ। ਤੇ ਭਰਾ? ਭਰਾ ਕੋਈ ਸੀ। ਅੱਛਾ। ਮਿੰਦਰ। ਤੇ ਉਹ ਪੁੱਛਣ ਲਿਆ ਸਰ। ਠੀਕ। ਉਦੋਂ ਤੁਹਾਡੀ ਉਮਰ, ਉਦੋਂ ਤੁਹਾਡੀ ਉਮਰ ਕਿੰਨੀ ਕੁ ਸੀ ਜਦੋਂ ਤੁਸੀਂ ਉੱਥੇ ਇੱਧਰ ਆਏ ਆ? ਠੀਕ। ਉੱਥੇ ਗੁਰਦੁਆਰਾ ਵੀ ਹੈਗਾ ਸੀ? ਗੁਰਦੁਆਰਾ ਨਹੀਂ ਹੈਗਾ। ਠੀਕ ਹੈ। ਤੇ ਉਹ ਸਕੂਲ ਹੈ, ਸਕੂਲ ਹੈਗਾ ਸੀ ਲਾਗੇ ਕੋਈ? ਬੜੇ ਹਾਂ, ਬੜੇ ਸਕੂਲ। ਅੱਛਾ। ਮਸੀਤਾਂ ਬੜੀਆਂ। ਅੱਛਾ। ਸਕੂਲ ਵੀ ਹੈਗੇ ਸੀ? ਬੜੇ। ਠੀਕ ਹੈ। ਠੀਕ ਹੈ। ਤੇ ਸਿਆਲਕੋਟ ਉੱਥੋਂ ਕਿੰਨੀ ਕੁ ਦੂਰ ਸੀ? ਉਹਦੇ ਬਾਬਾ ਜੀ ਦੂਰ ਸੀ। ਅਹ ਬਾਬਾ ਦੂਰ। ਗਏ ਸੀ ਕਦੀ ਕਿ ਨਹੀਂ? ਸਿਆਲਕੋਟ ਹੈ ਭਾਈ ਦਾ ਥੱਕਾ ਚਾਚਾ। ਅੱਛਾ। ਅਤੇ ਆਹ ਪੰਡਿਤ ਟੋਡੀ ਵਾਲਾ। ਅੱਛਾ। ਇਹ ਉੱਥੇ ਹੁੰਦੇ ਹਨ ਸਿਆਲਕੋਟ। ਠੀਕ ਹੈ। ਅਤੇ ਜਿਹੜਾ ਸੀ ਨਾ ਭਾਈ ਦਾ ਚਾਚਾ, ਉਹ ਜਵਾਨ ਸੀ ਬੜਾ, ਸੋਹਣਾ ਬੜਾ ਸੀ, ਹੈਡ ਮਾਸਟਰ ਸੀ ਉਹਨਾਂ ਦਿਨਾਂ 'ਚ ਲੱਗਾ ਸਕੂਲੇ। ਸਕੂਲੇ। ਅੱਛਾ। ਸਿਆਲਕੋਟ। ਸਕੂਲ ਦਾ ਨਾਂ ਪਤਾ ਕੋਈ? ਨਾ, ਨਾਂ ਨਹੀਂ ਪਤਾ। ਅਤੇ ਤੁਹਾਡੇ ਤੁਹਾਡੇ ਲਾਗੇ ਮਿੱਤਰਾਂ ਵਾਲੀ ਦੇ ਲਾਗੇ ਪਿੰਡ ਪੁੰਡ ਦੇ ਯਾਦ ਨੇ ਕੋਈ? ਆਹੋ ਹੈ ਪਤਾ ਮੈਨੂੰ। ਕਿਹੜੇ 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 ਪਿੰਡ ਸੀ ਲਾਗੇ? ਅਤੇ ਪਿੰਡ ਸੀ ਕੋਲ, ਮੈਂ ਤੁਹਾਨੂੰ ਦੱਸਿਆ ਮੇਰੀ ਭੂਆ ਵੀ ਆਈ ਸੀ ਮਟਮੀ ਪਿੰਡ। ਅੱਛਾ। ਗਿੱਲਾਂ ਚੱਕ। ਠੀਕ। ਜੌੜਾ। ਹਾਂ। ਚੌੜਾ ਪਾਡੇ ਵਾਲੀ ਸਾਨ ਚੱਕ, ਚੋਰਾਂ ਵਾਲੀ ਨਿੱਕਾ ਕਲਾ, ਕਰਤਲ ਗੋਜਰਾ। ਅਤੇ ਉੱਥੇ ਭਾਈ ਦੇ ਮਾਮੇ ਸਨ।
ਤੇ ਤੁਹਾਡੇ ਪਿੰਡ ਦਾ ਕੋਈ ਲੰਬੜਦਾਰ ਵੀ ਹੈਗਾ ਸੀ? ਹਾਂ, ਜਾਗਰ ਸਿੰਘ। ਜਾਗਰ ਸਿੰਘ, ਠੀਕ ਠੀਕ। ਇੱਕੋ ਹੀ ਲੰਬੜਦਾਰ ਸੀ? ਮੁਸਲਮਾਨ ਵੀ ਹੈ। ਉਹਨਾਂ ਦਾ ਨਾਂ ਪਤਾ ਕੁਛ? ਉਹਨਾਂ ਦਾ ਨਾਂ ਪਤਾ ਕੁਛ? ਇੱਕ ਹੀ ਸੀ ਲੰਬੜਦਾਰ ਸਾਡੇ ਮਹੱਲੇ ਦੇ, ਅਸ਼ਰਫ ਖੋਜਾ। ਅਸ਼ਰਫ ਖੋਜਾ, ਇਹ ਵੀ ਲੰਬੜਦਾਰ ਸੀ? ਹਾਂ, ਇਹ ਵੀ ਲੰਬੜਦਾਰ। ਠੀਕ ਠੀਕ। ਮੰਡਿਆ ਸੀ ਪਿੰਡ। ਅੱਛਾ ਅੱਛਾ। ਤੇ ਜਾਂ ਲਾਲਾ ਦੁਆਨ ਚੰਦ। ਲਾਲਾ ਦੁਆਨ ਚੰਦ, ਉਹਦੀ ਬੇਲੀ ਚ ਪੁਲਿਸ ਬਹਿਣੀ। ਅੱਛਾ। ਉਹਨੇ ਪੁਲਿਸ ਦੀ ਸੇਵਾ ਕਰਨੀ। ਠੀਕ ਹੈ। ਪੁਲਿਸ ਵੀ ਉਹਦੇ ਕੋਲ ਡਰਦੀ ਸੀ, ਰਾਜਾ ਸੀ ਉਹ। ਅੱਛਾ, ਉਹ ਰਾਜਾ ਸੀ? ਰਾਜਾ ਸੀ। ਠੀਕ। ਤੇ ਤਾਂ ਬੜੀ ਭੈੜੀ ਸੀ। ਅੱਛਾ। ਘਰ ਬੜਾ ਵਧੀਆ ਸੀ। ਠੀਕ। ਕਮਾਲ ਹੋਈ ਸੀ ਉਹਦੇ ਘਰ। ਠੀਕ ਠੀਕ। ਨੂੰਹ ਸੀ ਉਹਦੀ, ਘਰ ਦੀ ਵੀ ਜੀਵਦੀ ਸੀ। ਅੱਛਾ। ਕੁੜੀਆਂ ਹਲੋ ਹੀ ਮੰਗਣ ਜਾਣਾ, ਵੇਖਣਾ ਸੀ ਘਰ ਦੀ ਮੁੱਠੀ ਅੜੀ ਦੇਖਣੀ, ਤੇ ਨੂੰਹ ਵੇਖਣੀ ਵੀ ਕੱਲ ਆਲਾ ਯੋਗਦਾ ਨਾ ਵੀ ਮੈਂ ਅੱਗੇ ਨਾ ਲਿਆ ਸੀ। ਦੀਵਾਨ ਚੰਦ, ਦੀਵਾਨ ਚੰਦ ਤੇ ਉਹ ਆਪ ਸੀ। ਹਾਂਜੀ। ਲਾਲਾ ਕੋਲੇ ਜਗਿੰਦਰ ਸਿੰਘ ਸਾਈ ਮਿੰਦਰ ਸਿੰਘ ਸੀ ਤਾਂ। ਤੇ ਹੋਰ ਕੋਈ ਲਾਗੇ ਹੋਰ ਕੌਣ ਕੌਣ ਹੁੰਦੇ ਸੀ? ਤੇ ਉੱਥੇ ਫਿਰ ਹੋਰ ਕਿੰਨਾ ਕੁ? ਤੇ ਉੱਥੋਂ ਫਿਰ ਜਦੋਂ ਤੁਸੀਂ 14 ਸਾਲਾਂ ਦੇ ਸੀ ਜਦੋਂ ਵਿਆਹ ਹੋ ਗਿਆ? ਹਾਂ। ਠੀਕ ਹੈ। ਫਿਰ ਉਦੋਂ ਹੀ ਇੱਧਰ ਆ ਗਏ। ਅੱਛਾ, ਉਦੋਂ ਹੀ ਇੱਧਰ ਆ ਗਏ ਵਿਆਹ ਤੋਂ ਛੇਤੀ ਬਾਅਦ ਹੀ? ਹਾਂ। ਠੀਕ ਠੀਕ ਹੈ। ਉਦੋਂ ਜਦੋਂ ਉੱਧਰੋਂ ਆਏ ਆ ਤੇ ਉਦੋਂ ਫਿਰ ਰਾਹ 'ਚ ਚੰਗੀਆਂ ਦੁੱਖ ਤਕਲੀਫਾਂ ਆਈਆਂ? ਬੜੀਆਂ ਬੜੀਆਂ ਆਈਆਂ। ਜਠਾ ਖਲੋ ਜਾਂਦਾ ਸੀ, ਲਾਲਾ ਨੇ ਆਖਣਾ ਬਿਲਕੁਲ ਨੀ ਬੋਲਣਾ। ਠੀਕ। ਰਾਤ ਦਾ ਸਮਾਂ, ਉਹ ਲਾਲਾ ਨਾਲ ਹੀ ਆਇਆ ਸੀ? ਲਾਲਾ ਦਵਾਲ ਚੰਦ ਨਾ। ਠੀਕ। ਉਹ ਨਾਲ ਬੜੀ ਉਹਨਾਂ ਰੁਕਵਾਈ ਲੋਕਾਂ ਦੀ ਕੀਤੀ। ਠੀਕ ਹੈ। ਲਾਲਾ ਨੇ, ਠੀਕ। ਅੱਛਾ, ਉਹ ਹੀ ਜਥੇ ਨੂੰ ਲੈ ਕੇ ਆਇਆ ਇੱਧਰ? ਹਾਂ। ਠੀਕ ਠੀਕ ਹੈ। ਉਹ ਸਰਾਂਦਾ ਆਇਆ। ਅੱਛਾ। ਮੈਨੂੰ ਖੁਦ ਮਿਲਿਆ। ਠੀਕ। ਮੈਂ ਕਹੀ ਹੋਈ। ਠੀਕ। ਆਉਂਦਾ ਹੈ ਭਾਈਆ ਕਰਤਾਰੋ, ਲਾਲਾ ਦਵਾਨ ਚੰਦ ਆਇਆ ਮੇਲਾ ਉੱਠ ਕੇ। ਮੈਂ ਵੇਖਿਆ ਉਹਨੇ ਮੈਨੂੰ ਪਿਆਰ ਦਿੱਤਾ ਤੇ ਮੈਂ ਹੈ ਤੇਰੇ ਪੋਸੇ ਤਰਾਈ। ਅੱਛਾ। ਜਵਾਨ ਬੜਾ ਸੀ ਤੇ ਉਹ ਹੁਣ ਸਰਹੰਦ ਰਹਿੰਦੇ ਆ? ਨਹੀਂ, ਉਹ ਕੋਲੇ ਦਿੱਲੀਓਂ ਆਇਆ ਸੀ ਕਲਚਰ ਜੀ ਕਰੋ, ਇਹ ਨਹੀਂ ਮੈਂ ਪੁੱਛਿਆ। ਠੀਕ। ਭਾਜੀ ਹੋਰੀ ਸਰਹੰਦ ਸਰ। ਠੀਕ। ਇਹਨੂੰ ਮਿਲਣ ਆਇਆ। ਠੀਕ ਠੀਕ। ਤੁਹਾਡੇ ਪਿਓ ਨਾਲ ਚੰਗਾ ਸੀ ਉਹਦਾ? ਬੜਾ ਬੜਾ। ਤੇ ਮੁਸਲਮਾਨਾਂ ਨਾਲ ਵੀ ਚੰਗਾ ਪਿਆਰ ਸੀ? ਆਉਣ ਨਹੀਂ ਦਿੰਦੇ? ਆਉਂਦੇ ਸੀ ਉੱਥੇ ਰਹਿ। ਹੈ ਤੁਹਾਡੀ ਗਲੀ ਦੇ ਵਿੱਚ ਘਰ ਕਿੰਨਾ ਕਿੰਨਾ ਦੇ ਸੀ? ਅੱਛਾ। ਇੱਕ ਤਾਂ ਅਚੂਨੀ ਸੀ, ਇੱਕ ਤਾਂ ਖਰਾਦੀ ਸੀ। ਅੱਛਾ। ਤੇ ਪਿਓ ਨੇ ਨਿੱਕੇ ਘਰੇ ਦੁਕਾਨ ਪਾਈ ਸੀ। ਠੀਕ। ਤੇ ਘਰੋਂ ਜੋ ਤੰਡਦਾ ਹੀ ਸੀ। ਠੀਕ। ਅਜੇ ਮੁੰਡਾ ਵਿਆਹਿਆ ਕੋਈ ਨਹੀਂ ਸੀ। ਅੱਛਾ ਅੱਛਾ। ਤੇ ਉਹਨਾਂ ਸੀ ਸਾਹਮਣੇ ਉਹਦੇ ਕਾਕਾ ਰਾਮ ਬਾਬਰ। ਠੀਕ। ਚਾਚੀ ਗੰਗਾ ਦਾ ਹੀ ਉਹਦੇ ਘਰੋਂ ਸੀ। ਠੀਕ। ਤੇ ਧੀਆਂ ਨੇ ਸਾਰੀਆਂ ਵਿਆਹ ਛੱਡੀਆਂ। ਪੁੱਤਰ ਉਹਦਾ ਪ੍ਰਗਾਸ਼ ਸੀ। ਠੀਕ। ਉਹ ਕੰਮ ਵਕੀਲ ਦਾ ਸੀ। ਠੀਕ। ਭੈਣਾਂ ਕੋਲ। ਅੱਛਾ ਅੱਛਾ। ਉਹ ਕੰਮ ਸਿੱਖਦਾ ਸੀ। ਤੇ ਉਦੋਂ ਅੱਗੇ ਉਹ ਆਰਾਮ ਜਵਾਈ ਸੀ, ਉਹਦਾ ਘਰ ਸੀ।
ਉਹ ਪਹਿਲਿਆਂ ਫੇਰਿਆਂ ਦੀ ਰੰਡੀ ਹੋ ਗਈ। ਉਹਨੇ ਪੇਕਿਆਂ ਦਾ ਘਰ ਨਹੀਂ ਛੱਡਿਆ। ਉਹ ਮਰ ਮੁੜ ਗਏ, ਤੂੰ ਆਵੇ ਘਰੇ, ਬੰਤਾ ਸਿੰਘਾਂ ਮੈਂ ਤੈਨੂੰ ਮਿਲਾਂ ਵਾ। ਅਤੇ ਉੱਥੇ ਤੁਹਾਡੀ ਜ਼ਮੀਨ ਹੈਗੀ ਸੀ? ਜ਼ਮੀਨ ਅਸੀਂ ਪਾਈ ਸੀ ਅਤੇ ਮੇਰੀ ਪਈ ਸੀ। ਅੱਛਾ, ਕਿੰਨੀ ਕਿੰਨੀ ਜ਼ਮੀਨ ਸੀ ਉੱਥੇ? ਪੰਜ ਕਿੱਲੇ। ਠੀਕ 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 ਦਸ ਕਿੱਲੇ ਜ਼ਮੀਨ ਸੀ। ਠੀਕ 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 ਹੈ। ਅਤੇ ਹੋ ਅਤੇ ਤੇਰੀ ਉੱਥੇ ਦਾਦੀ ਕੋਈ ਸਹੇਲੀ ਹੈਗੀ ਸੀ? ਸਹੇਲੀਆਂ ਤੇਰੀਆਂ ਬੜੀਆਂ ਹਨ। ਹਾਂ, ਅਤੇ ਨਾਂ ਕੀ ਕੀ ਹੁਣ ਯਾਦ ਨੇ? ਹਾਂ, ਕਮਲਾ। ਅੱਛਾ, ਉਹ ਜਿਹੜੀ ਸੰਤੋਸ਼ ਸੀ ਬਾਹਮਣਾ ਦੀ ਕੁੜੀ। ਅੱਛਾ, ਪੰਡਿਤ ਮਨੋਹਰ ਦਾਸ ਦੀ ਕੁੜੀ। ਅੱਛਾ, ਫਿਰ ਉਹਨਾਂ ਦੇ ਨਾਲ ਮੁਸਲਮਾਨਾਂ ਦਾ ਘਰ ਸੀ, ਆਹ ਦੁਕਾਨ ਲੋਹਾਰਾਂ ਦੀ ਸੀ। ਅੱਛਾ, ਉਹਨਾਂ ਲੋਹੇ ਦੇ ਦਸਤਰੀਆਂ ਰੰਭੇ ਬਣਾਉਣੇ। ਠੀਕ ਹੈ। ਅਤੇ ਫਿਰ ਇੱਕ ਹੋਰ ਸੀ, ਉਹਦਾ ਨਾਮ ਵੀ ਲਕਸ਼ਮੀ ਸੀ। ਅੱਛਾ, ਪੁੱਤਰ ਮਾਰ ਨੌਕਰੀ ਕਰਦਾ ਸੀ ਅਤੇ ਉਹ ਇਕੱਲੀ ਘਰ ਹੁੰਦੀ ਸੀ। ਠੀਕ। ਉਹਦੀ ਡਿਊਟੀ ਦੇ ਵਿੱਚ ਸੀ ਚੱਕੀ। ਠੀਕ। ਉੱਥੇ ਆਹ ਜਾਣਾ, ਮਾਂ ਸਾਡੀ ਨੇ ਦਾਲ ਕੇ ਲਿਆਉਣੀ, ਵੇਸਣ ਪੀ ਕੇ ਲਿਆਉਣਾ। ਠੀਕ। ਉਹਦੇ ਘਰ ਜਾਣਾ। ਠੀਕ। ਫਿਰ ਉਦੋਂ ਆਹ ਮੁਸਲਮਾਨਾਂ ਦਾ ਘਰ ਸੀ। ਉਹਨਾਂ ਦੇ ਵੀ ਕੋਈ ਇਹੋ ਜਿਹੇ ਸਹੇਲੀਆਂ ਕਿੰਨਾ ਮੁਸਲਮਾਨਾਂ ਚੋਂ? ਨਾ, ਮੁਸਲਮਾਨ ਨਹੀਂ ਸੀ। ਹਾਂ, ਇੱਕ ਸੀ। ਅੱਛਾ, ਆਸ਼ਾ ਬੀਬੀ ਉਹਦਾ ਨਾਂ ਸੀ, ਉਹਦੀ ਮਾਂ ਦਾ। ਅੱਛਾ, ਕੁੜੀ ਉਹਦੀ ਨਾਂ ਮਰਜਮ ਸੀ। ਮਰਜਮ। ਹਾਂ, ਤੇ ਉਹ ਮੇਰੀ ਸਹੇਲੀ ਸੀ। ਠੀਕ। ਜਦੋਂ ਉਹਦੀ ਮਾਂ ਕਿਤੇ ਵਾਂਢੀ ਜਾਣਾ ਤੇ ਆਖਣਾ ਕਰਤਾਰੋਂ ਸਵਾਲ ਹੀ ਕੋਲ। ਅੱਛਾ, ਮੇਰੀ ਉਹ ਸਹੇਲੀ ਸੀ ਬਸ, ਹੋਰ ਕੋਈ ਸਹੇਲੀ ਨਹੀਂ ਸੀ। ਠੀਕ। ਤੇ ਅੱਜ ਮਿਲਣ ਨੂੰ ਦਿਲ ਦੂਰ ਕਰਦਾ ਉਹਨਾਂ ਨੂੰ ਕਿ ਨਹੀਂ? ਘੋਰੇ ਹੋ ਗਏ। ਹਾਂ, ਠੀਕ ਠੀਕ। ਹਾਂ ਠੀਕ। ਤੇ ਉਹਦਾ ਪਿੰਡ ਵੇਖਣ ਨੂੰ ਦਿਲ ਕਰਦਾ ਕਿ ਨਹੀਂ? ਜੇ ਜਾਏ ਤੇ ਪਿੰਡ ਉਹਦਾ ਪਛਾਣ ਹੋ ਜਾਏਗੀ ਜੇ ਮਤਲਬ ਜਾਏ ਤੇ? ਜਿਸ ਤਰ੍ਹਾਂ ਕਹੇ ਸੀ ਨਾ। ਹਾਂ, ਉਹ ਤਾਂ ਉਹ ਕਹਿੰਦੇ ਨਾ ਗਲੀ ਜਾਣੀ। ਠੀਕ ਠੀਕ। ਤੇ ਉਹਦਾ ਸਾਰਾ ਉਹਦਾ ਪਤਾ ਹੈ ਵੀ ਕਿੱਧਰੋਂ ਕਿੱਧਰ ਨੂੰ ਜਾਣਾ, ਕਿੱਧਰੋਂ ਕਿੱਧਰ ਨੂੰ ਜਾਣਾ? ਹਾਂ, ਉਹ ਤਾਂ ਪਤਾ। ਫਿਰ ਸਾਡਾ ਕੋਲ ਸਾਹਮਣਾ ਸੀ ਮੰਦਰ, ਟੋਟੀ ਵਾਲੇ ਦੇ ਮੰਦਰ ਨੂੰ। ਅੱਛਾ, ਆਪਦਾ ਮੰਦਰ ਸੀ ਇਹਨਾਂ ਦਾ, ਇਹਨਾਂ ਦਾ ਬੜਾ ਕੰਮ ਸੀ। ਠੀਕ ਹੈ। ਤੇ ਇਹਨਾਂ ਦਾ ਖੂਹ ਸੀ ਨਾਲ ਬਾਗ ਵਾਲ। ਠੀਕ ਹੈ। ਅੱਛਾ, ਤੁਹਾਡੇ ਖੂਹ ਦਾ ਕੀ ਨਾਂ ਸੀ? ਗੜੇ ਵਾਲਾ ਖੂਹ। ਹਾਂ ਠੀਕ ਹੈ। ਤੇ ਨਾਲ ਕਣਕਾਂ ਦੇ ਇੱਧਰ ਬੇਰ ਵੇਚਣ ਵਾਲੇ ਘੁਮਿਆਰ ਬੜੇ ਤੇ ਖਰਾਸ ਹੋਣਾ ਭਾਈਏ ਨੇ ਉੱਥੇ ਦਾਣੇ ਪੀਣੇ, ਡੰਗਰ ਲੈ ਆਉਣੇ, ਖਰਾਸ ਲੈਣਾ, ਮਕਾਈ ਦੇ ਵੱਖਰੇ, ਕਣਕ ਦੇ ਵੱਖਰਾ ਆਟਾ ਪੀਣਾ, ਖਰਾਸ ਤੇ ਪੀ ਲਿਆਉਣਾ। ਤੇ ਹੋਰ ਉਹਨਾਂ ਲੱਜਿਆ ਹੋਈ ਸਨ, ਉਹ ਸ਼ਾਂਤੀ ਲੱਜਿਆ, ਮਾਂ ਉਹਦੀ ਵਡੇਰੀ ਜਾਈ ਸੀ। ਤੇ ਅਸੀਂ ਇੱਥੇ ਉਹਨੂੰ ਮਿਲਣ ਗਏ ਸਾਂ ਕਪੂਰਥਲੇ। ਅਤੇ ਦਾਦੀ ਜਦੋਂ ਉੱਥੋਂ ਤੁਰੇ ਆ ਗਏ ਉੱਥੋਂ ਪਾਕਿਸਤਾਨੋਂ, ਅਤੇ ਫਿਰ ਉੱਥੋਂ ਨਾਲ ਕੀ ਲੈ ਕੇ ਆਏ? ਮਤਲਬ ਕੋਈ ਸਮਾਨ ਸਮੂਨ, ਕੋਈ ਲਿਆਏ ਸਮਾਨ ਸਮੂਨ ਜਾਂ ਕਿੱਦਾਂ? ਨਾ, ਕੱਖ ਨਾ, ਇੱਕ ਇੱਕ ਬਾਲਟੀ ਲਈ ਛੋਟੀ ਛੋਟੀ। ਅੱਛਾ, ਇੱਕ ਐਡੀ ਥਾਲੀ ਵਿੱਚ ਗਲਾਸ ਤੇ ਛੋਲੇ ਜਿਹੜੇ ਇੰਨੇ ਇੰਨੇ ਬਣਾਏ ਹੋਏ। ਅੱਛਾ, ਉਹਨਾਂ ਦੇ ਵਿੱਚ ਤਰ ਲੈ। ਠੀਕ ਹੈ। ਇੰਨੀਆਂ ਇੰਨੀਆਂ ਗੰਢਾਂ ਹਨ ਸਾਰਿਆਂ। ਠੀਕ ਹੈ। ਉਸ ਤਰ੍ਹਾਂ ਬੂਹੇ ਖੁੱਲ੍ਹੇ ਛੱਡ ਕੇ ਡੰਗਰ ਖੂਹਾਂ ਤੇ ਫਿਰਨ ਪਏ, ਬਸ ਛੱਡ ਕੇ ਨਿਕਲ ਪਏ। ਤੁਹਾਨੂੰ ਇੱਦਾਂ ਹੈ ਸੀ ਵੀ ਮਤਲਬ ਅਸੀਂ ਮੁੜ ਕੇ ਵਾਪਸ ਇੱਥੇ ਆ ਜਾਣਾ, ਜਾਂ ਪਤਾ ਸੀ ਵੀ ਨਹੀਂ ਹੁਣ ਨਹੀਂ ਆਉਣਾ ਵਾਪਸ?
ਠੀਕ ਹੈ। ਤੇ ਗਾਂ ਗਾਂ ਪਤਾ ਸੀ ਵੀ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ, ਕੋਈ ਪਤਾ ਨਹੀਂ? ਹਾਂ, ਬੜਾ ਚਿਰ ਆਏ ਪੱਕੇ ਮਛੁਆਰੇ। ਹਾਂ, ਫਿਰ ਕੱਚੇ ਮਛੁਆਰੇ ਦੇ 4 ਸਾਲ ਰਹੇ। ਠੀਕ ਹੈ। ਤੇ ਬਾਅਦ ਫਿਰ ਇੱਥੇ ਬੇਗਵਾਲ ਆ ਗਏ। ਫਿਰ ਇੱਥੇ ਲੰਬਾ ਨਹੀਂ ਸੀ ਛੱਡਦਾ ਪ੍ਰੀਤੇ ਦਾ ਪਿਓ, ਉਹ ਚਲੋ ਉੱਥੇ, ਉਹ ਬੜਾ ਵੱਡਾ ਪਿੰਡ ਹੈ, ਉਹ ਫਲਾਣ ਹੈ, ਉੱਥੋਂ ਇੱਥੇ ਕੱਢ ਲਿਆ, ਇੱਥੇ ਆ ਗਏ। ਇੱਥੇ ਕੋਈ ਡਾਕਟਰ ਹਸਪਤਾਲ ਵੀ ਆਇਆ ਸੀ ਕੋਈ ਕਿ ਨਹੀਂ ਤੁਹਾਡੇ ਉੱਥੇ? ਅੱਛਾ, ਠੀਕ ਹੈ। ਤੇ ਡਾਕਟਰ ਡਾਕਟਰ ਕੋਈ ਜਾਣਦੇ? ਅੱਛਾ, ਕਿਹੜਾ ਕਿਹੜਾ ਡਾਕਟਰ ਸੀ? ਹਰੀ ਰਾਮ। ਹਰੀ ਰਾਮ, ਠੀਕ ਠੀਕ। ਸਿੱਖ ਸੀ, ਅੱਛਾ, ਖੱਤਰੀ ਸੀ, ਠੀਕ, ਬੜਾ ਜਵਾਨ ਸੀ, ਸੋਹਣਾ ਬੜਾ ਸੀ। ਤੇ ਹੋਰ ਹੋਰ ਕੌਣ ਕੌਣ ਸੀ ਲਾਗੇ? ਉਧਰ ਆਹੋ ਉਧਰ ਉਹ ਪਰਾਂ ਬਾਜ਼ਾਰ ਨਾਂ ਕਹਿਣਾ। ਅੱਛਾ, ਪਰਾਂ ਇੱਥੋਂ ਜਿਵੇਂ ਆਵੇ ਪਰੋਜ, ਹਾਂ, ਜਾਂ ਪੱਲੋ ਚੱਕ, ਹਾਂ, ਗਰਦੋ ਰਾਂਝਾ ਕੋਠੀਆਂ ਸਨ। ਅੱਛਾ, ਉਹ ਕੁੜੀਆਂ ਹੁੰਦੀਆਂ ਪ੍ਰੇਮ ਤੇ ਰਾਣੀ ਪੁਸ਼ਪਾ, ਉਹਨਾਂ ਦੀਆਂ ਕੁੜੀਆਂ ਪੜ੍ਹਦੀਆਂ ਸਕੂਲੇ। ਅੱਛਾ, ਸਕੂਲੇ ਪੜ੍ਹਦੀਆਂ। ਤੇ ਸਕੂਲ ਤੁਹਾਡੇ ਘਰ ਦੇ ਲੱਗੇ ਸੀ ਕਿਤੇ? ਨਹੀਂ, ਉਹ ਦੂਰ ਸਨ। ਦੂਰ ਸੀ ਸਕੂਲ, ਠੀਕ ਠੀਕ। ਤੁਸੀਂ ਨੀ ਗਏ ਕਦੀ ਸਕੂਲੇ? ਠੀਕ। ਜਦੋਂ ਇੱਥੇ ਆ ਗਏ ਤੇ ਉਦੋਂ ਉਦੋਂ ਫਿਰ ਕਿੱਦਾਂ ਇੱਥੇ ਰਹਿਣ ਨੂੰ ਮਾਰਿਆ ਗਿਆ? ਅੱਛਾ, ਤੁਹਾਡੇ ਉਹ ਜਿਹੜਾ ਭੁੱਲਰਾਂ ਦਾ ਜਿਹੜਾ ਬੂਟਾ ਸਿੰਘ, ਤੁਸੀਂ ਕਹਿੰਦੇ ਉਦੋਂ ਤੁਸੀਂ ਭੁੱਲਰ ਪਿੰਡ ਤੋਂ ਤੁਰ ਕੇ ਆਏ? ਠੀਕ, ਭੁੱਲਰ ਪਿੰਡ ਤੋਂ ਤੁਰੇ ਸੀ ਤੁਸੀਂ। ਤੇ ਭੁੱਲਰ ਪਿੰਡ ਕਿੱਥੇ ਪੈਂਦਾ ਹੈ? ਜ਼ਿਆਦਾ ਨਹੀਂ ਰਹੇ ਉੱਥੇ, ਠੀਕ ਹੈ। ਤੇ ਅੱਛਾ, ਫਿਰ ਜਦੋਂ ਉੱਥੋਂ ਤੁਰੇ ਆ ਤੇ ਉੱਥੇ ਉੱਥੇ ਬੰਤਾ ਸਿੰਘ ਉਹ ਕੌਣ ਮਾਰਿਆ ਗਿਆ ਸੀ? ਬੰਤਾ ਬੂਟਾ ਸਿੰਘ, ਬੂਟਾ ਸਿੰਘ ਉੱਥੇ ਮਾਰਿਆ। ਅੱਛਾ, ਤਾਰਾ ਸਿੰਘ ਨੇ ਪਿੰਡ ਮਾਰ ਦਿੱਤਾ। ਅੱਛਾ ਅੱਛਾ, ਠੀਕ ਹੈ। ਉਹ ਵੀ ਜਥੇ ਦੇ ਵਿੱਚ ਨਾਲ ਹੀ ਆਏ? ਠੀਕ 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 ਹੈ। ਤੇ ਫਿਰ ਇੱਥੇ ਜਦੋਂ ਬੇਗੋਵਾਲ ਆ ਗਏ ਫਿਰ ਇੱਥੇ ਰਹਿਣ ਦਾ ਕਿੱਦਾਂ? ਮਾਛੋੜੇ ਬੜਾ ਚਿਰ ਰਹੇ, ਮਾਛੋੜੇ, ਠੀਕ। ਕੋਈ ਕਮਾਲ ਸਨ ਮੁਸਲਮਾਨਾਂ ਦੇ, ਠੀਕ ਹੈ। ਇਹਨਾਂ ਮਾਲ ਸੁਨਿਆਰਾ ਹੁੰਦਾ ਸੀ, ਅੱਛਾ, ਉਹਨੇ ਇਹਨਾਂ ਦੀ ਬੜੀ ਮਦਦ ਕੀਤੀ। ਅੱਛਾ, ਜੱਟਾਂ ਦੀ ਸਾਨੂੰ ਆਖਣਾ ਲਓ ਆ ਸਮਾਨ, ਉਹਨੇ ਸਾਂਭਿਆ ਸੀ ਮੁਸਲਮਾਨਾਂ ਦਾ, ਬੂਹੇ ਦੇ ਅੱਗੇ ਵੇਲਣਾ ਸੀ। ਅੱਛਾ, ਤੇ ਇੱਥੇ ਅਸੀਂ ਹੁੰਦੇ ਹਾਂ ਵੀਰ ਸਿੰਘ ਹੋਰੀ ਵੀ, ਸਵਰਨੋਰੀ ਵੀ, ਤੇ ਭੈਣ ਜਿੱਦੋ ਵੀ, ਦਲੀਪ ਦੀ ਮਾਂ, ਦਲੀਪ ਵੀ ਲਿਆ ਉੱਥੇ। ਉੱਥੇ ਫਿਰ ਉੱਥੇ ਤੁਹਾਨੂੂੰ ਜ਼ਮੀਨ ਮਿਲ ਗਈ ਸੀ ਕਿ ਨਹੀਂ ਅਜੇ? ਨਾ, ਜ਼ਮੀਨ ਉਦੋਂ ਸਨ ਕੱਚੀਆਂ ਲਾਟਾਂ, ਠੀਕ ਹੈ। ਤੇ ਬਾਅਦ 'ਚ ਜ਼ਮੀਨ ਤੁਹਾਨੂੰ ਇੱਥੇ ਬੇਗੋਵਾਲ ਆਣ ਕੇ ਲਾਟ ਹੋਈ ਹੈ, ਠੀਕ ਹੈ। ਤੇ ਫਿਰ ਜਦੋਂ ਇੱਥੇ ਆਏ ਆ ਇੱਥੇ ਤੁਹਾਡਾ ਟਿਕਾਣਾ ਆਉਂਦਿਆਂ, ਫਿਰ ਜਦੋਂ ਇੱਥੇ ਆਏ ਇੱਥੇ ਫਿਰ ਕਿੱਦਾਂ ਟਿਕਾਣਾ ਬਣਿਆ? ਇੱਥੇ ਘਰ ਸਨ ਖਾਲੀ, ਠੀਕ ਹੈ, ਜਿਹੜੇ ਜਿਹੜੇ ਘਰ 'ਚ ਕਿਸੇ ਸਮਾਨ ਧਰਿਆ। ਅੱਛਾ, ਉੱਥੋਂ ਕਰਵਾਉਂਦੇ ਖੜਿਆ ਨਹੀਂ। ਅੱਛਾ, ਕੱਚੀਆਂ ਲਾਟਾਂ, ਠੀਕ ਹੈ। ਆਹ ਘਰ ਹੀ ਕਰੀ ਬਾਬਣਾ ਦਾ। ਅੱਛਾ, ਇੱਥੇ ਉਹ ਜੀਵੇ ਰਹਿੰਦੇ ਸਨ, ਅੱਜ ਦੇ ਜੀਵੇ, ਠੀਕ ਠੀਕ। ਤੇ ਇੱਥੇ ਇਹ ਸਾਰੇ ਮੁਸਲਮਾਨਾਂ ਦੇ ਘਰ ਹਨ ਪਹਿਲਾਂ? ਮੁਸਲਮਾਨ, ਠੀਕ ਹੈ, ਸਾਰੇ ਮੁਸਲਮਾਨ, ਠੀਕ ਹੈ। ਚੰਗੀਆਂ ਕੋਠੀਆਂ ਸੀ ਇੱਥੇ? ਕੋਠੀਆਂ,
ਠੀਕ ਹੈ।